ਸੀ 릭ਸ਼ਾ ਵਾਲੇ ਨੂੰ ਆਵਾਜ਼ ਮਾਰ ਕੇ ਕਿਰਾਇਆ ਪੁੱਛਿਆ ਉਹਨੇ 2 ਰੁਪਏ ਕਹੇ ਤੇ ਬਾਬਾ ਜੀ ਉਹਦੇ ਨਾਲ ਝਗੜਨ ਲੱਗ ਪਏ ਇੰਨੀ ਗਰਮੀ ਹੈ ਬਾਬਾ ਜੀ 1 ਰੁਪਏ ਪਿੱਛੇ ਕਿਉਂ ਝਗੜਨਾ ਨਹੀਂ ਬਾਬਾ ਜੀ ਨੇ ਦ੍ਰਿੜਤਾ ਨਾਲ ਕਿਹਾ ਇਹਨੂੰ ਆਪਣੀ ਮਿਹਨਤ ਦਾ ਵਾਜਬ ਮੁੱਲ ਤਾਂ ਮਿਲਣਾ ਹੀ ਚਾਹੀਦਾ ਪਰ ਇਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਲੋੜਵੰਦ ਮੁਸਾਫਰ ਦੀ ਛਿੱਲ ਨਹੀਂ ਲਾ ਸਕਦਾ ਅਖੀਰ 릭ਸ਼ੇ ਵਾਲਾ 1 ਰੁਪਏ ਜੀ ਮੰਨ ਗਿਆ ਜਦੋਂ ਅਸੀਂ ਉੱtre ਤਾਂ 릭ਸ਼ਾ ਵਾਲੇ ਦੇ ਪੈਰ ਤੇ ਗਿੱਡੇ ਤੇ ਲਹੂ ਭਿੱਜੀ ਪੱਟੀ ਬੱਜੀ ਦੇਖੀ ਕੀ ਹੋ ਗਿਆ ਬਈ ਬਾਬਾ ਜੀ ਨੇ ਪੁੱਛਿਆ ਮੇਰੀ ਲੱਤ ਤੇ 6:00 ਵਜ ਗਈ ਸੀ ਰਿਕਸ਼ੇ ਵਾਲੇ ਨੇ ਉੱਤਰ ਦਿੱਤਾ ਤੈਨੂੰ ਚਾਹੀਦਾ ਲੱਤ ਨੂੰ ਆਰਾਮ ਦੇਵੇਂ ਮੇਰੀ ਆਰਾਮ ਕਰਨ ਦੀ ਹیثیت ਨਹੀਂ ਜੇ ਆਰਾਮ ਕਰਾਂ ਤਾਂ ਪਰਿਵਾਰ ਭੁੱਖਾ ਮਰੇਗਾ ਬਾਬਾ ਜੀ ਨੇ 50 ਰੁਪਏ ਦਾ ਨੋਟ ਦਿੰਦਿਆ ਕਿਆ ਆ ਫੜ ਜਾ ਕੇ ਆਰਾਮ ਕਰ ਜੇ ਸੱਟ ਵਿਗੜ ਗਈ ਤਾਂ ਫਿਰ ਤੇਰੇ ਪਰਿਵਾਰ ਦਾ ਕੀ ਬਣੂ ਜਿਹੜੇ ਬਾਬਾ ਜੀ ਨੇ ਕਿਰਾਏ ਦੇ 1 ਰੁਪਏ ਪਿੱਛੇ ਇੰਨਾ ਵਾਅਵੇਲਾ ਕੀਤਾ ਸੀ ਉਹਨੇ ਜ਼ਖਮੀ ਲੱਤ ਦੇ ਆਰਾਮ ਲਈ 50 ਦਾ ਨੋਟ ਦੇਣ ਲੱਗਿਆ ਇੱਕ ਛਿਣ ਵੀ ਢਿੱਲ ਨਾ ਕੀਤੀ ਧੰਨਵਾਦ